ਚੰਡੀਗੜ੍ਹ ਮੇਅਰ ਦੀ ਚੋਣ ਦਾ ਮਸਲਾ ਅਦਾਲਤ ਦੀਆਂ ਬਰੂਹਾਂ ਤੱਕ ਜਾ ਪਹੁੰਚਿਆ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਸਲੇ ਤੇ ਸੁਣਵਾਈ ਹੋਈ ਹੈ ਭਲਕੇ ਫਿਰ ਸੁਣਵਾਈ ਹੋਏਗੀ ਦਰਅਸਲ ਆਮ ਆਦਮੀ ਪਾਰਟੀ ਦੇ ਜੁਮੇਰ ਉਮੀਦਵਾਰ ਨੇ ਉਹਨਾਂ ਨੇ ਪਟੀਸ਼ਨ ਪਾਈ ਸੀ ਤੇ ਡੀਸੀ ਦੇ ਉਹਨਾਂ ਹੁਕਮਾਂ ਨੂੰ ਚੁਣੌਤੀ ਦਿੱਤੀ ਸੀ ਜਿਸ ਦੇ ਵਿੱਚ ਡੀਸੀ ਨੇ ਕਿਹਾ ਸੀ ਕਿ ਜੋ ਚੋਣ ਹੈ ਮੇਅਰ ਦੀ ਹੁਣ ਉਹ 6 ਫਰਵਰੀ ਨੂੰ ਹੋਵੇਗੀ ਦਰਅਸਲ ਪਹਿਲਾਂ 18 ਜਨਵਰੀ ਦਾ ਦਿਨ ਮੁਕਰਰ ਕੀਤਾ ਗਿਆ ਸੀ ਚੋਣ ਦੇ ਲਈ ਪਰ ਕਿਉਂਕਿ ਪ੍ਰੈਸਾਈਡਿੰਗ ਆਫੀਸਰ ਬਿਮਾਰ ਹੋ ਗਏ ਸਨ ਇਹ ਦਲੀਲ ਦੇ ਕੇ ਚੋਣ ਮੁਲਤਵੀ ਕਰ ਦਿੱਤੀ ਗਈ ਸੀ ਤੇ ਫਿਰ 6 ਫਰਵਰੀ ਦਾ ਦਿਨ ਦਿੱਤਾ ਗਿਆ ਜਿਸ ਆਮ ਆਦਮੀ ਪਾਰਟੀ ਨੇ ਰੁਕ ਕੀਤਾ ਹਾਈ ਕੋਰਟ ਦਾ ਲੰਗੇ ਕਲ ਵੀ ਪਟੀਸ਼ਨ ਪਾਈ ਗਈ ਸੀ ਤੇ ਫਿਰ ਅੱਜ ਮੁੜ ਤੋਂ ਪਟੀਸ਼ਨ ਪਾਈ ਗਈ ਤੇ ਉਸ ਤੇ ਸੁਣਵਾਈ ਹੋਈ ਹੈ ਜੋ ਅੱਜ ਪਟੀਸ਼ਨ ਤੇ ਸੁਣਵਾਈ ਹੋਈ ਹੈ ਆਮ ਆਦਮੀ ਪਾਰਟੀ ਦੇ ਮੇਅਰ ਉਮੀਦਵਾਰ ਵੱਲੋਂ ਪਾਈ ਗਈ ਪਟੀਸ਼ਨ ਤੇ ਉਸ ਤੇ ਸੁਣਵਾਈ ਭਲਕੇ ਹੋਏਗੀ ਤੇ ਜੋ ਲੰਗੇ ਕਲ ਪਟੀਸ਼ਨ ਪਾਈ ਗਈ ਸੀ ਉਸ ਤੇ ਸੁਣਵਾਈ 13 ਜਨਵਰੀ ਨੂੰ ਹੋਏਗੀ ਦਰਅਸਲ ਇਹ ਜੋ ਚੋਣ ਹੈ ਉਹ ਆਮ ਆਦਮੀ ਪਾਰਟੀ ਤੇ ਕਾਂਗਰਸ ਮਿਲ ਕੇ ਲੜ ਰਹੇ ਨੇ ਉਹਨਾਂ ਦਾ ਗੱਡ ਜੋੜ ਹੋਇਆ ਹੈ ਇੰਡੀਆ ਗੱਠਜੋੜਨ ਦੇ ਤਹਿਤ ਇਹ ਗੱਡ ਜੋੜ ਹੋਇਆ ਹੈ ਤੇ ਉਸ ਦੇ ਤਹਿਤ ਚੋਣ ਹੋਣੀ ਸੀ ਪਰ ਇਲਜ਼ਾਮ ਭਾਜਪੀ ਤੇ ਲੱਗ ਰਹੇ ਨੇ ਕਿ ਉਹ ਕੋ ਜੀਆਂ ਸਾ ਸ਼ਾ ਕਰ ਰਹੇ ਹਨ ਤੇ ਉਧਰ ਬੀਜਪੀ ਵੀ ਸਵਾਲ ਖੜੇ ਕਰ ਰਹੀ ਹੈ ਦਰਅਸਲ ਮੇਅਰ ਦੀ ਕੁਰਸੀ ਹੈ ਜੋ ਆਮ ਆਦਮੀ ਪਾਰਟੀ ਨੇ ਖੁੱਦੇ ਕੋਲ ਰੱਖੀ ਪਰ ਜੋ ਡਿਪਟੀ ਮੇਅਰ ਤੇ ਸੀਨੀਅਰ ਡਿਪਟੀ ਮੇਅਰ ਨੇ ਉਹ ਜੋ ਉਮੀਦਵਾਰ ਨੇ ਉਹ ਕਾਂਗਰਸ ਦੇ ਨੇ ਮਿਲ ਕੇ ਚੋਣ ਲੜ ਰਹੇ ਸਨ ਪ੍ਰਦਰਸ਼ਨ ਵੀ ਖੂਬ ਹੋਇਆ ਹੰਗਾਮਾ ਹੋਇਆ ਤੇ ਹੁਣੇ ਮਾਮਲਾ ਪੰਜਾਬ ਹਾਈ ਕੋਰਟ ਦੀ ਦਹਲਿਜ਼ ਤੇ ਪਹੁੰਚ ਗਿਆ ਹੈ